ਉੱਗੇ ਕਹਾਣੀਕਾਰ ਗਿਆਨੀ ਗੁਰਮਖ ਸਿੰਘ ਮਸਾਫਰ ਹੋਰਾਂ ਦੀ ਲਿਖੀ ਹੋਈ ਕਹਾਣੀ ਹੈ 27 ਜਨਵਰੀ ਇਸ ਥੜੇ ਉੱਤੇ ਇੱਕ ਵੱਡੇ ਛਤਰ ਦੇ ਹੇਠਾਂ ਰਾਸ਼ਟਰਪਤੀ ਜੀ ਬੈਠੇ ਸਨ ਪ੍ਰੇਡ ਸਲਾਮੀ ਲਈ ਰਾਸ਼ਟਰਪਤੀ ਜੀ ਇੱਥੇ ਖਲੋਤੇ ਸਨ ਇੱਥੇ ਮਲਕਾ ਰਾਣੀ ਬੈਠੀ ਸੀ ਮਲਕਾ ਦਾ ਮਾਲਕ ਪ੍ਰਧਾਨ ਮੰਤਰੀ ਜੀ ਤੇ ਉਹਨਾਂ ਦੇ ਵਜ਼ੀਰ ਇੱਥੇ ਬੈਠੇ ਹੋਏ ਸਨ ਉਪ ਰਾਸ਼ਟਰਪਤੀ ਉਹ ਬਿਲਕੁਲ ਸਾਹਮਣੇ ਉਹ ਜਗ੍ਹਾ ਵਿਦੇਸ਼ੀ ਪਰੌਣਿਆਂ ਲਈ ਸੀ ਮੈਂਬਰ ਲੋਕ ਤੇ ਹੋਰ ਸ਼ਹਿਰ ਦੇ ਬਤਵੰਤੇ ਇਹਨਾਂ ਕੁਰਸੀਆਂ ਅਤੇ ਬੈਂਚਾਂ ਤੇ ਬੈਠੇ ਸਨ ਆਮ ਦੁਨੀਆ ਉਹ ਸਾਹਮਣੇ ਫੁਆਰੇ ਦੇ ਨਾਲ-ਨਾਲ ਜਾਂਦੇ ਜੰਗਲੇ ਦੇ ਅੰਦਰ ਤਾੜੀ ਹੋਈ ਸੀ ਮੈਂ ਜੰਗਲਾ ਟੱਪ ਕੇ ਉੱਥੇ ਉਹ ਸਾਹਮਣੇ ਨਿੱਕੀਆਂ ਅਫਸਰਾਵਾਂ ਵਾਲੀ ਜਗ੍ਹਾ ਤੇ ਪਹੁੰਚ ਗਿਆ ਸਾਂ ਜਰਾ ਹਿੰਮਤ ਕਰਕੇ ਮੈਂ ਸਭ ਕੁਝ ਵੇਖ ਲਿਆ ਇੱਕ ਜਵਾਨ ਜਿਹਾ ਜਮਾਦਾਰ ਮਾਰੂਏ ਜੈ ਕੁੱਬੇ ਬੁੱਢੇ ਜਮਾਦਾਰ ਨੂੰ ਇਹ ਸਭ ਕੁਝ ਵਿਖਾ ਰਿਹਾ ਸੀ ਕੁੱਬਾ ਜਮਾਦਾਰ ਝਾੜੂ ਦੇਂਦਿਆਂ ਬੜੀ ਮੁਸ਼ਕਲ ਨਾਲ ਧੌਣ ਉੱਚੀ ਕਰਕੇ ਦੇਖਦਾ ਸੀ ਨੌਜਵਾਨ ਦੀ ਸਾਰੀ ਗੱਲ ਸੁਣ ਕੇ ਬੁੱਢੜੇ ਨੇ ਬੜੀ ਹੈਰਾਨੀ ਨਾਲ ਕਿਹਾ ਨਾਨੂ ਸੱਚਮੱਚ ਤੂੰ ਆਪਣੀ ਅੱਖੀਆਂ ਸਭ ਕੁਝ ਵੇਖਿਆ ਹੈ ਹਾਂ ਚਾਚਾ ਚੰਡੂ ਹਾਂ ਨਾਨੂ ਦਾ ਜਵਾਬ ਇੰਨਾ ਜੋਸ਼ੀਲਾ ਸੀ ਤੇ ਉਸ ਵਿੱਚ ਫਕਰ ਤੇ ਵਡਿਆਈ ਦੀ ਇੰਨੀ ਚਲਕ ਸੀ ਕਿ ਚੰਡੂ ਨੇ ਇੱਕ ਵਾਰ ਆਪਣੇ ਕਮਾਨ ਵਰਗੇ ਸਰੀਰ ਨੂੰ ਤੀਰ ਵਾਂਗ ਸਿੱਧਾ ਕਰਨ ਦੀ ਕੋਸ਼ਿਸ਼ ਕੀਤੀ ਇੰਡੀਆ ਗੇਟ ਵਿੱਚ ਜਿਨ੍ਹਾਂ ਲੋਹੇ ਦੀਆਂ ਕੰਡਿਆਲੀਆਂ ਤਾਰਾਂ ਨੂੰ ਕੱਲ ਸਵੇਰ ਤੱਕ ਮਜ਼ਬੂਤ ਤੋਂ ਮਜ਼ਬੂਤ ਬਣਾਉਣ ਦੇ ਯਤਨ ਹੁੰਦੇ ਰਹੇ ਸਨ ਜਿਨ੍ਹਾਂ ਜੰਗਲਿਆਂ ਨੂੰ ਕੱਲ ਸਵੇਰ ਤੱਕ ਲੋਹੇ ਦੇ ਮਜ਼ਬੂਤ ਡੰਡਿਆਂ ਨਾਲ ਇੱਕ ਤਰ੍ਹਾਂ ਜੇਲ੍ਹਖਾਨੇ ਦਾ ਰੂਪ ਦਿੱਤਾ ਜਾ ਰਿਹਾ ਸੀ ਕੱਲ ਸਵੇਰ ਤੱਕ ਮਹੀਨਿਆਂ ਤੋਂ ਜੋ ਪ੍ਰਬੰਧ ਕੀਤੇ ਜਾ ਰਹੇ ਸਨ ਜੋ ਸੜਕਾਂ ਸਜਾਈਆਂ ਜਾ ਰਹੀਆਂ ਸਨ ਜੋ ਸਫਾਈਆਂ ਕੀਤੀਆਂ ਜਾ ਰਹੀਆਂ ਸਨ ਅੱਜ ਸਵੇਰ ਸਭ ਕੁਝ ਟੁੱਟਿਆ ਭੱਜਿਆ ਖਿਲਰਿਆ ਪੁੱਲ ਰਿਆ ਪਿਆ ਸੀ ਨਾ ਕੋਈ ਤਾਰ ਸਾਬਤ ਸੀ ਨਾ ਕੋਈ ਜੰਗੜਾ ਨਾ ਕੋਈ ਪੋੜ ਸਾਰੇ ਇੰਡੀਆ ਗੇਟ ਦੀ ਹਾਲਤ ਐਸੀ ਹੀ ਸੀ ਜੈਸੀ ਮੁਸਾਫਰਾਂ ਦੇ ਤੁਰ ਜਾਣ ਵਾਲੀ ਸਵੇਰ ਨੂੰ ਇਸੇ ਤਰ੍ਹਾਂ ਦੇ ਕਮਰੇ ਦੀ ਹੁੰਦੀ ਹੈ ਬੈਂਚ ਅੱਧ ਟੁੱਟੇ ਕੁਰਸੀਆਂ ਮੋਧੀਆਂ ਕਾਗਜ਼ਾਂ ਪੱਤਲਾ ਡੋਨਿਆਂ ਤੇ ਛਿਲੜਾਂ ਦੇ ਢੇਰ ਐਵੇਂ ਸਨ ਜਿਵੇਂ ਕੱਲ ਕੋਈ ਜ਼ੋਰ ਦਾ ਝੱਖੜ ਝੁੱਲਿਆ ਹੋਵੇ ਜਿਸ ਨਾਲ ਸਭ ਕੁਝ ਉੱਡ ਕੇ ਇੰਡੀਆ ਗੇਟ ਆਣ ਕੇ ਜਮ੍ਹਾਂ ਹੋ ਗਿਆ ਹੋਵੇ ਚੰਡੂ ਕੂੜਾ ਇਕੱਠਾ ਕਰਨ ਵਾਲੀ ਟੋਕਰੀ ਮੋਤੀ ਮਾਰ ਕੇ ਉੱਪਰ ਬੈਠ ਗਿਆ ਸੀ ਕਿਉਂਕਿ ਝਾੜੂ ਫੇਰਦਿਆਂ ਉਹ ਨਾਂ ਨੂੰ ਵੱਲ ਬੁਖਾਈਆਂ ਜਾ ਰਹੀਆਂ ਥਾਵਾਂ ਨੂੰ ਕੀਕ ਵੇਖ ਨਹੀਂ ਸਕਦਾ ਤੇ ਨਾਨੂ ਬੁਖਾਉਣ ਤੇ ਤੁਲਿਆ ਹੋਇਆ ਸੀ ਉਸ ਨੂੰ ਆਪਣੀ ਖੁਸ਼ਕਿਸਮਤੀ ਤੇ ਮਾਣ ਸੀ ਉਸ ਨੂੰ ਬੜਾ ਮਾਣ ਸੀ ਨੇੜੇ ਹੋ ਕੇ ਪ੍ਰੇਡ ਵੇਖਣ ਦਾ ਫਿਰ ਆਪਣੇ ਆਗੂਆਂ ਨੂੰ ਵੇਖਣ ਦਾ ਤੇ ਸਭ ਤੋਂ ਵੱਧ ਮਲਕਾ ਰਾਣੀ ਨੂੰ ਵੇਖਣ ਦਾ ਜੋ ਇਸ ਸਾਲ ਰਿਪਬਲਿਕ ਡੇ ਦੇ ਪ੍ਰੇਡ ਵਾਸਤੇ ਖਿੱਚ ਦਾ ਕਾਰਨ ਸੀ ਮੂਤੀ ਟੋਕਰੀ ਤੇ ਜਿਵੇਂ ਕੋਈ ਪਾਟੀ ਹੋਈ ਖਿੱਦੋ ਪਈ ਹੋਵੇ ਚੰਡੂ ਬੋਲਣ ਲੱਗਿਆ ਐਵੇਂ ਲੱਗਦਾ ਸੀ ਇੰਨੇ ਨੂੰ ਇੱਥੇ ਕਾਮਿਆਂ ਦਾ ਜਲਸਾ ਜਿਹਾ ਹੋਣ ਲੱਗ ਪਿਆ ਸਰਦੀ ਕਰਕੇ ਸਾਰਿਆਂ ਦੇ ਹੱਥ ਅਜੇ ਕੱਚਾਂ ਵਿੱਚ ਹੀ ਸਨ ਚੰਡੂ ਨੇ ਹੀ ਅਜੇ ਝਾੜੂ ਹਿਲਾਇਆ ਸੀ ਉਹ ਵੀ ਤੁਰੰਤ ਹੀ ਨਾਨੂ ਦੀਆਂ ਗੱਲਾਂ ਸੁਣਨ ਤੇ ਉਸ ਵੱਲੋਂ ਵਿਖਾਈਆਂ ਜਾ ਰਹੀਆਂ ਥਾਮਾਂ ਦੇ ਵੇਖਣ ਲਈ ਬੈਠ ਗਿਆ ਸੀ ਸੂਰਜ ਦੀ ਟਿੱਕੀ ਨੇ ਚਮਕ ਕੇ ਸਾਰਿਆਂ ਵਿੱਚ ਕੋਈ ਜਾਨ ਜਿਹੀ ਪੈਦਾ ਕਰ ਦਿੱਤੀ ਹੱਟ ਜਮਾਦਾਰ ਨੇ ਅੱਜ ਸਵੇਰੇ ਹੀ ਪੁੱਟ ਚਾਇਆ ਅੱਜ ਤੇ ਸਰਦੀ ਕਰਕੇ ਹੱਥ ਪੈਰ ਵੀ ਨਹੀਂ ਖੁੱਲਦੇ ਉਹ 40 ਸਾਰੇ ਮੋਢਿਆਂ ਤੇ ਢੋਏ ਗੱਡਿਆਂ ਵਾਲੇ ਤੇ 84 ਵਿੱਚ ਹੀ ਉਤਾਰ ਜਾਂਦੇ ਹਨ ਠੰਡਿਆੜੀਆਂ ਤਾਰਾਂ ਨਾਲ ਮੇਰੇ ਹੱਥ ਅਜੇ ਵੀ ਛਿੱਲੇ ਪਏ ਹਨ ਤਾਰਾਂ ਵਿੱਚ ਤਾਰਾਂ ਹੱਥ ਲਾਏ ਬਿਨਾ ਫਸਦੀਆਂ ਨਹੀਂ ਸਨ ਇਹ ਗੱਲਾਂ ਸੁਣ ਕੇ ਚੰਡੂ ਆਖਣ ਲੱਗਾ 25 ਤਰੀਕ ਦੀ ਰਾਤ ਤੱਕ ਤਾਂ ਅਸੀਂ ਸਾਰੇ ਇੰਡੀਆ ਗੇਟ ਦੇ ਜਿਵੇਂ ਮਾਲਕ ਸਾਂ ਅਸਾਂ ਇੱਥੇ ਇੱਕ ਕੱਖ ਵੀ ਨਹੀਂ ਖਿਲਰਨ ਦਿੱਤਾ ਪਰ ਖੁਸ਼ੀ ਵਾਲੇ ਦਿਨ 26 ਤਰੀਕ ਸਵੇਰੇ ਹੀ ਸਾਡੀ ਸਾਰੀ ਮਾਲਕੀ ਖਸ ਗਈ ਕਿਸੇ ਨੇ ਨੇੜੇ ਨਹੀਂ ਲੱਗਣ ਦਿੱਤਾ ਤੇ ਅੱਜ ਸਵੇਰੇ ਫਿਰ ਆਂਡਾ ਆ ਚੰਡੂ ਦਾ ਗਿਲਾ ਸੁਣ ਕੇ ਕੋਲੋਂ ਲੰਘਦਾ ਇੱਕ ਬੰਦਾ ਖਲੋ ਗਿਆ ਤੇ ਕਹਿਣ ਲੱਗਾ ਪਾਸ ਲੈ ਲੈਣਾ ਸੀ ਨਾ ਦੂਜੇ ਸੁਣਨ ਵਾਲੇ ਖੜ ਖੜਾ ਕੇ ਹੱਸ ਪੈ। ਚੰਡੂ ਨੂੰ ਪਾਸ ਅਖੇ ਓਠ ਨਾ ਸਕਾ ਤੇ ਮੇਲ ਮੇਲ ਮਾਰਾਂ। ਕਿਉਂ? ਚੰਡੂ ਬੰਦਾ ਨੇ। ਚੰਡੂ ਨੇ ਇਸ ਵੇਲੇ ਆਪਣੀ ਸ਼ਕਤੀ ਤੋਂ ਵੱਧ ਜ਼ੋਰ ਲਾ ਕੇ ਆਖਿਆ। ਖਬਰੇ ਸਾਨੂੰ ਬੰਦਾ ਨਾ ਹੀ ਸਮਝਿਆ ਜਾਂਦਾ ਹੋਵੇ। ਪਰ ਪਾਸ ਤੇ ਇੱਕ ਸਾਨੂੰ ਵੀ ਹੱਥ ਆ ਗਿਆ ਸੀ। ਸਾਡਾ ਗਵਾਂਢੀ ਇੱਕ ਮੁੰਡਾ ਇੱਥੇ ਅਫਸਰ ਹੈ ਚਿੱਠੀਆਂ ਲਿਆਉਣ ਪਹਚਾਉਣ ਤੇ। ਉਹ ਕਿਧਰੋਂ ਪਾਸ ਲਿਆਇਆ ਸੀ। ਇੱਥੋਂ ਦਾ ਨਹੀਂ ਉੱਥੋਂ ਦਾ ਜਿੱਥੇ ਸਾਡੇ ਬਾਦਸ਼ਾਹ ਰਾਸ਼ਟਰਪਤੀ ਜੀ ਰਹਿੰਦੇ ਨੇ ਜਿੱਥੇ ਮਲਕਾ ਰਾਣੀ ਆਈ ਹੋਈ ਐ ਵਾਹ ਵਾਹ ਉੱਥੇ ਤਾਂ ਫਿਰ ਮਲਕਾ ਨੂੰ ਚੰਗੀ ਤਰ੍ਹਾਂ ਵੇਖਿਆ ਜਾ ਸਕਦਾ ਸੀ ਨਾਨੂ ਦੀ ਗੱਲ ਸੁਣ ਕੇ ਚੰਡੂ ਨੇ ਅਵਾਸੀ ਲੈਂਦਿਆਂ ਕਿਆ ਪਾਸ ਲੈ ਕੇ ਮੇਰਾ ਮੁੰਡਾ ਉੱਥੇ ਗਿਆ ਸੀ ਪਰ ਉਸਨੂੰ ਕਿਸੇ ਅੰਦਰ ਨਹੀਂ ਜਾਣ ਦਿੱਤਾ ਕੱਪੜੇ ਤਾਂ ਸਾਡੇ ਇਹੋ ਜਿਹੇ ਹੋਣੇ ਹੋਏ ਨਾ ਸੰਤਰੀਆਂ ਨੇ ਉਲਟਾ ਉਹਨੂੰ ਡਾਂਟਿਆ ਤੇ ਦੋ ੱਟਕੇ ਦੇ ਕੇ ਪਿੱਛੇ ਮੋੜ ਦਿੱਤਾ ਪਾਸ ਵੀ ਖੋ ਲਿਆ ਤੇ ਕਿਹਾ ਭੱਜ ਜਾ ਨਹੀਂ ਤਾਂ ਚੋਰੀ ਵਿੱਚ ਪਕੜਿਆ ਜਾਵੇਂਗਾ ਤੂੰ ਕਿਸੇ ਦਾ ਪਾਸ ਚੁੱਕ ਲਿਆ ਹੈ ਗਰੀਬ ਨੂੰ ਰੱਬ ਦੀ ਮਾਰ ਚੰਡੂ ਨਾਲ ਹਮਦਰਦੀ ਜਤਲਾਉਣ ਲਈ ਬਹੁਤਿਆਂ ਦੇ ਮੋਹੋ ਇਹੀ ਨਿਕਲਿਆ ਨਾਨੂ ਆਖਣ ਲੱਗਾ ਅਸਾਂ ਤੇ ਅਜਿਹੇ ਮੌਕਿਆਂ ਲਈ ਇੱਕ ਜੋੜਾ ਸਵਾਰ ਰੱਖਿਆ ਹੈ ਚੰਡੂ ਦਾ ਮੁੰਡਾ ਚੱਕ ਗਿਆ ਹੋਵੇਗਾ ਵੀ ਐਡੇ ਵੱਡੇ ਲੋਕਾਂ ਵਿੱਚ ਕੀ ਕਣ ਜਾਵੇ ਇਹ ਗੱਲ ਸੁਣ ਕੇ ਨਾਨੂ ਨੇ ਕਿਹਾ ਗੱਲ ਠੀਕ ਹੈ ਡਰਿਆ ਕਿ ਮਰਿਆ ਅਸੀਂ ਕਦੇ ਨਹੀਂ ਡਰੇ ਜੇ ਡਰਦੇ ਤਾਂ ਇਹ ਕੁਝ ਪਲ ਕੱਲ ਦੇਖ ਸਕਦੇ ਇਸ ਵਾਰ ਪਵੰਦੀ ਵੀ ਬੜੀ ਸੀ ਡਰੇ ਨਾ ਤਾਂ ਕਰੇ ਵੀ ਕੀ ਬੜਾ ਫਰਕ ਹੈ ਸਾਡੇ ਕੱਪੜਿਆਂ ਤੋਂ ਪਤਾ ਲੱਗ ਜਾਂਦਾ ਹੈ ਗਰੀਬ ਦਾ ਅਮੀਰ ਦਾ ਪਿੰਡੂ ਦਾ ਸ਼ਹਿਰੀ ਦਾ ਬਲੈਟ ਵਿੱਚ ਆਖਦੇ ਨੇ ਕੁਝ ਪਤਾ ਨਹੀਂ ਲੱਗਦਾ ਦਿਸਣ ਵਿੱਚ ਸਾਰੇ ਇੱਕੋ ਜਿਹੇ ਲੱਗਦੇ ਨੇ ਇਹ ਗੱਲ ਠੀਕ ਹੈ ਇੱਥੇ ਜਿਹੜੀਆਂ ਮੇਮਾਂ ਤੇ ਸਾਬ ਲੋਕ ਬਾਜ਼ਾਰ ਵਿੱਚ ਤੁਸੀਂ ਤੁਰੇ ਫਿਰਦੇ ਦੇਖਦੇ ਹੋ ਨਾ ਉਹਨਾਂ ਵਿੱਚ ਮਲਕਾ ਔਰ ਉਸਦੇ ਮਾਲਕ ਦੇ ਲਿਬਾਸ ਵਿੱਚ ਕੋਈ ਫਰਕ ਨਹੀਂ ਦਿਖਦਾ ਹਾਂ ਹਾਂ ਬਿਲਕੁਲ ਠੀਕ ਹੈ ਇਹੋ ਮਲਕਾ ਕਿਤੇ ਬਾਜ਼ਾਰ ਵਿੱਚ ਜਾ ਰਹੀ ਹੋਵੇ ਤਾਂ ਇਹੋ ਜਾਪੇਗਾ ਕਿ ਕੋਈ ਮੇਮ ਜਾ ਰਹੀ ਹੈ ਤੇ ਕਿਸੇ ਵੀ ਮੇਮ ਨੂੰ ਮਲਕਾ ਸਮਝਣ ਦਾ ਭਲੇਖਾ ਲੱਗ ਸਕਦਾ ਹੈ ਸਾਡੇ ਵੀ ਇਹੋ ਹਾਲਤ ਹੋ ਜਾਵੇਗੀ ਜਿਵੇਂ ਸਾਡੇ ਦੇਸ਼ ਨੂੰ ਅਣਥੱਕ ਮਿਹਨਤ ਦੀ ਲੋੜ ਹੈ ਅੱਛਾ ਆਸਾਂ ਭਰਪੂਰ ਲੈ ਕੇ ਵਿੱਚ ਚੰਡੂ ਨੇ ਕਿਹਾ ਮਿਹਨਤ ਤੇ ਅਸੀਂ ਵੀ ਘੱਟ ਨਹੀਂ ਕੀਤੀ ਇਹ ਸਾਰਾ ਸਾਜ਼-ਸਮਾਨ ਅਸਾਂ ਸਾਰੇ ਘੱਟ ਮਿਹਨਤ ਕੀਤੀ ਹੈ ਉਹ ਚੰਡੂ ਚਾਚਾ ਇਹ ਬੜੀ ਨਿੱਕੀ ਜੀ ਗੱਲ ਹੈ ਸਾਰੇ ਦੇਸ਼ ਦੀ ਉੱਨਤੀ ਲਈ ਸਾਰੇ ਰੜਕੇ ਮਿਹਨਤ ਕਰਨ ਤਾਂ ਕਾਇਆ ਪਲਟ ਜਾਂਦੀ ਹੈ ਮਲਕਾ ਦੀ ਪਰ ਨਾਨ ਨੂੰ ਬਣਨ ਬਣਾਉਣ ਪਿੱਛੋਂ ਸਾਡੇ ਗਰੀਬਾਂ ਨਾਲ ਉਦੋਂ ਵੀ ਉਹੋ سلوਕ ਹੋਵੇਗਾ ਸਾਡੇ ਸੋਚਣ ਵਿੱਚ ਹੀ ਫਰਕ ਹੈ ਤੂੰ ਇਹ ਦੱਸ ਸੱਜਾ ਚੰਡੂ ਅਸੀਂ ਕਿਸੇ ਦਾ ਮਕਾਨ ਬਣਾਉਣ ਲਈ ਮਜ਼ਦੂਰ ਜਾਂ ਰਾਜ ਲੱਗੇ ਹੋਈਏ ਜਦੋਂ ਮਕਾਨ ਬਣ ਜਾਏ ਤਾਂ ਅਸੀਂ ਆਖੀਏ ਇਸ ਵਿੱਚ ਰਹਿਣ ਦਾ ਵੀ ਸਾਡਾ ਹੱਕ ਹੈ ਤਾਂ ਕੋਈ ਮੰਨੇਗਾ ਬਾ ਵੇਵਾ ਇਹਨਾਂ ਨੂੰ ਕਿੱਡਾ ਚਾਪਲੂਸ ਹੋ ਗਿਆ ਜੀ ਕਿੱਥੇ ਕਿਸੇ ਦੇ ਮਕਾਨ ਦੀ ਗੱਲ ਤੇ ਕਿੱਥੇ ਸਾਂਝੇ ਦੇਸ਼ ਦੀ ਉੱਨਤੀ ਲਈ ਮਿਹਨਤ ਦੀ ਗੱਲ ਬਸ ਬਸ ਮੇਰਾ ਮਤਲਬ ਤੁਸੀਂ ਆਪ ਹੀ ਪੂਰਾ ਕਰ ਦਿੱਤਾ ਸਾਂਝੇ ਦੇਸ਼ ਲਈ ਅਸਾਂ ਜੋ ਵੀ ਮਿਹਨਤ ਕੀਤੀ ਸਮਝੋ ਦੇਸ਼ ਦੀ ਸੇਵਾ ਕੀਤੀ ਚਾਚੇ ਚੰਡੂ ਨੂੰ ਦਿਲ ਨਾਲ ਨਹੀਂ ਲਾ ਲੈਣਾ ਚਾਹੀਦਾ ਕਿ ਸਾਨੂੰ ਨੇੜੇ ਨਹੀਂ ਆਉਣ ਦਿੱਤਾ ਉਸਤੇ ਐਵੇਂ ਗੱਲਾਂ ਵਿੱਚ ਗੱਲ ਆਖੀਏ ਦਿਲ ਨਾਲ ਲਾ ਲਈ ਤਾਂ ਕਿਹੜਾ ਉਸ ਕਿਲਾਟਾ ਲੈਣਾ ਹੈ ਗੱਲਾਂ ਹੋ ਹੀ ਰਹੀਆਂ ਸਨ ਕਿ ਸਾਰੇ ਆਪੋ ਆਪਣੇ ਕੰਮਾਂ ਵਿੱਚ ਲੱਗ ਗਏ ਖਬਰੇ ਮਲਕਾ ਨੇ ਅੱਜ ਫਿਰ ਉਸ ਰਸਤੇ ਉਲੰਘਣਾ ਹੈ ਕਿਸੇ ਦੇ ਮੂੰਹੋਂ ਨਿਕਲਿਆ ਜਰਾ ਗੱਲਾਂ ਦਾ ਮਜ਼ਾ ਤਾਂ ਲੈਣ ਦਿਓ ਚੰਡੂ ਦੇ ਮੋੜ ਇਹ ਆਖਣ ਤੇ ਫਿਰ ਮਜਮਾ ਇਕੱਠਾ ਹੋ ਗਿਆ ਮੋਟਰਸਾਈਕਲ ਤੇ ਆਉਂਦੇ ਇੱਕ ਬੰਦੇ ਨੂੰ ਦੇਖ ਕੇ ਸਾਰੇ ਕੰਮ ਲੱਗ ਗਏ ਸਨ ਉਹ 2 ਮਿੰਟ ਹੀ ਕੰਮ ਲੈ ਆ ਕੇ ਤੁਰ ਗਿਆ ਇਸ ਮਜਮੇ ਵਿੱਚ ਸਫਾਈ ਵਾਲੇ ਜਮਾਦਾਰ ਸਨ ਜਾਂ ਚੀਜ਼ਾਂ ਢੋਣ ਵਾਲੇ ਮਜ਼ਦੂਰ ਠੋਕਾ ਠਾਕੀ ਕਰਨ ਵਾਲੇ ਕੁਝ ਛੋਟੇ ਕਾਰੀਗਰ ਤੇ ਕੁਝ ਗੱਡਿਆਂ ਵਾਲੇ ਕੁਝ ਤਾਂ ਐਵੇਂ ਜਵਣੀਆਂ ਹੀ ਮਾਰਦੇ ਸਨ ਪਰ ਕਈ ਇੰਨੀਆਂ ਸਵਾਦਲੀਆਂ ਪਤੇ ਦੀਆਂ ਸਿਆਣੀਆਂ ਤੇ ਹਸੋਣੀਆਂ ਗੱਲਾਂ ਕਰਦੇ ਸਨ ਕਿ ਕੋਲੋਂ ਲੰਘਦੇ ਇੰਡੀਆ ਗੇਟ ਸੈਰ ਕਰਨਾ ਹੈ ਲੋਕ ਸੁਣ ਕੇ ਖਲੋਗੇ ਸਨ ਫਿਰ ਗੱਲਾਂ ਸ਼ੁਰੂ ਹੋ ਗਈਆਂ ਇਸ ਵਾਰੀ ਪਿੰਡਾਂ ਦੇ ਲੋਕ ਲੱਖਾਂ ਦੀ ਗਿਣਤੀ ਵਿੱਚ aaye ਲੈ ਮਲਕਾ ਨੇ ਕੋਈ ਰੋਜ਼ ਰੋਜ਼ ਆਉਣਾ ਸੀ ਮਲਕਾ ਵਾਸਤੇ aaye ਨੇ ਇੱਕ ਦੇ ਪੁੱਛਣ ਤੇ ਦੂਜੇ ਨੇ ਕਿਹਾ ਨਾਲੇ ਪੁੰਨ ਨਾਲੇ ਫੜੀਆਂ ਦੋਵੇਂ ਕੰਮ ਹੋ ਗਏ ਇੱਕ ਮਜ਼ਦੂਰ ਦੇ ਹੱਥ ਵਿੱਚ ਬੜੀ ਸੋਹਣੀ ਲਜਾਈ ਫੜੀ ਹੋਈ ਸੀ ਸਾਰਿਆਂ ਨੂੰ ਰਜਾਈ ਵਿਖਾ ਕੇ ਉਹ ਆਖਣ ਲੱਗਾ ਲੋ ਸਾਨੂੰ ਤੇ ਫਲ ਮਿਲ ਗਿਆ ਇਸ ਦਿਨ ਦੀ ਮਿਹਨਤ ਅਤੇ ਖੁਸ਼ੀ ਦਾ ਇਹ ਰਜਾਈ ਰਾਹ ਵਿੱਚ ਪਈ ਸੀ ਮੈਂ ਖਿਆਲ ਕੀਤਾ ਸਾਰੇ ਟੱਬਰ ਦਾ ਸਿਆਲ ਲੰਘ ਜਾਵੇਗਾ ਪਰ ਘਰ ਵਾਲੀ ਨਹੀਂ ਮੰਨੀ ਉਹ ਆਖਦੀ ਏ ਇਸ ਪਵਿੱਤਰ ਦਿਹਾੜੇ ਤੇ ਚੋਰੀ ਦਾ maal ਕਰ ਨਹੀਂ ਲਿਆਉਣਾ ਮੈਂ ਵਾਪਸ ਲੈ ਆਇਆ ਹਾਂ ਪਰ ਹੁਣ ਦੇਵਾਂ ਕਿਸ ਨੂੰ ਇਹ ਸੁਣ ਕੇ ਝੰਡੂ ਨੇ ਝਟ ਕਿਹਾ ਮੂਰਖਾ ਮੈਨੂੰ ਬੁੱਢੇ ਨੂੰ ਦੇ ਦੇ ਉਮਰ ਦੇ ਆਖਰੀ 4 ਦਿਨ ਟੰਗਾਂ ਪਸਾਰ ਕੇ ਸੌਂ ਤਾਂ ਲਵਾਂਗੇ ਪਰ ਪ੍ਰੇਡ ਵਿੱਚ ਇਹ ਰਜਾਈ ਆ ਕਿੱਥੋਂ ਗਈ ਇਸ ਸਵਾਲ ਦੇ ਜਵਾਬ ਵਿੱਚ ਨਾਨੂ ਨੇ ਝਟ ਦੱਸਿਆ ਉਹ ਖੂਦ ਉਹ ਡੱਡੂਓ ਤੁਸੀਂ ਕੁਝ ਦੇਖਿਆ ਹੀ ਨਹੀਂ ਰਾਸ਼ਟਰਪਤੀ ਭਵਨ ਤੋਂ ਲੈ ਕੇ ਇੱਥੇ ਬਾਹਰ ਤੱਕ ਢੇੜ ਖੜੀ ਸੀ ਉਹ ਲੋਕੀ 25 ਤਰੀਕ ਦੀ ਰਾਤ ਨੂੰ ਹੀ ਇੱਥੇ ਆ ਗਏ ਸਨ ਰਜਾਈਆਂ ਉਹ ਨਾਲ ਲੈ ਆਏ ਸਨ ਉਹਨਾਂ ਚੋਂ ਹੀ ਕਿਸੇ ਦੀ ਰਹਿ ਗਈ ਹੋਵੇਗੀ ਅੱਛਾ ਲੋਕੀ ਰਤੀਆਂ ਆ ਗਏ ਸਨ ਲੈ ਸਵੇਰੇ ਤਾਂ ਸਿਰਫ ਪਾਸਾ ਵਾਲੇ ਆਏ ਸਨ ਜਾਂ ਹਮਾਤੜ ਜਿਨ੍ਹਾਂ ਦੇ ਜੁੱਸੇ ਵਿੱਚ ਰੱਤੇ ਨਾਨੂ ਨੇ ਬੜੇ ਅਭਿਮਾਨ ਭਰੇ ਲਹਿਜ਼ੇ ਵਿੱਚ ਕਿਹਾ ਇੱਕ ਬੜੀ ਸੋਹਣੀ ਨਾਜ਼ੁਕ ਜਿਹੀ ਜਨਾਨਾ ਜੁੱਤੀ ਇੱਕ ਮੁੰਡਾ ਬਦੋ ਬਦੀ ਅੜਾਈ ਫਿਰਦਾ ਸੀ ਜੁੱਤੀ ਸੋਹਣੀ ਸੀ ਪੈਰਾਂ ਵਿੱਚ ਅੜਦੀ ਨਹੀਂ ਸੀ ਸਾਰੇ ਉਸ ਵੱਲ ਵੇਖ ਰਹੇ ਸਨ ਇੱਕ ਨੇ ਕਿਹਾ ਇਹ ਤਾਂ ਕਿਸੇ ਪਾਸ ਵਾਲੇ ਦੀ ਹੀ ਰਹਿ ਗਈ ਜਾਪਦੀ ਹੈ ਕੁਸ਼ਲੋ ਕੇ ਪਾਸ ਜੜ ਪੈ ਗਈ ਕਿ ਜੁੱਤੀ ਹੀ ਸੁੱਟ ਗਈ। ਲਓ। ਉੱਥੇ ਤਾਂ ਮਾਵਾਂ ਪੁੱਤਾਂ ਨੂੰ ਨਹੀਂ ਸੰਭਾਲ ਸਕੀਆਂ। ਜਾਣ ਵੇਲੇ ਤਾਂ ਪਾਸ ਦੇਖਦੇ ਸਨ। ਆਉਣ ਵੇਲੇ ਭੀੜ ਭੜਕਾ ਹੋ ਗਿਆ। ਕਈਆਂ ਨੇ ਜਿਹੜੇ ਬਾਹਰ ਦੂਰ ਖੜੇ ਸਨ ਰਸਤੇ ਖੁੱਲੇ ਵੇਸਟੀ ਅੰਦਰ ਧਾਵਾ ਬੋ ਦਿੱਤਾ। ਚਲੋ ਥਾਂ ਹੀ ਵੇਖ ਲਈਏ ਜਿੱਥੇ ਪਾਸਾਂ ਵਾਲੇ ਬੈਠੇ ਸਨ। ਬਸ ਤੁਰਨ ਲੱਗਿਆਂ ਭੀੜ ਵਿੱਚੋਂ ਕਿਸੇ ਦੀ ਜੁੱਤੀ ਰਹਿ ਗਈ। ਨਾਨੂ ਦੀ ਗੱਲ ਸੁਣ ਕੇ ਚੰਡੂ ਆਖਣ ਲੱਗਾ। ਵੱਡੇ ਆ ਲੋਕਾਂ ਨੂੰ ਜੁੱਤੀਆਂ ਦਾ ਕੀ ਘਟਾ ਏ ਚੰਡੂ ਦੀ ਇਸ ਗੱਲ ਤੋਂ ਪਏ ਚੰਗੇ ਹਾਸੇ ਵਿਚਕਾਰ ਸਭ ਨੇ ਦੇਖਿਆ ਇੱਕ ਬੀਬੀ ਤੇ ਇੱਕ ਬਾਬੂ ਇਹ ਗੱਲਾਂ ਸੁਣਨ ਲਈ ਖਲੋਗੇ ਸਨ ਲਿਬਾਸ ਸ਼ਕਲ ਸੂਰਤ ਗੱਲ ਕਰਨ ਦਾ ਢੰਗ ਇਸ ਜੋੜੀ ਦਾ ਐਸਾ ਸੀ ਕਿ ਸਭ ਦੀ ਤਵੱਜੂ ਇਹਨਾਂ ਵੱਲ ਹੋ ਗਈ ਬੀਬੀ ਬਾਬੂ ਨੂੰ ਆਖਰੀ ਸੀ ਅਸੀਂ ਚੰਗੇ ਰਹੇ ਜੇ ਇੱਥੇ ਆ ਜਾਂਦੇ ਤਾਂ ਨਾਲੇ ਧੱਕੇ ਖਾਂਦੇ ਨਾਲੇ ਕੁਝ ਗੁਗਵਾ ਕੇ ਜਾਂਦੇ ਤੇ ਨਾਲੇ ਮਖੌਲ ਕਰਵਾਉਂਦੇ ਤੁਸੀਂ ਵੀ ਪ੍ਰੇਡ ਨਹੀਂ ਵੇਖੀ ਨਾਨੂ ਨੇ ਬੜੀ ਹੈਰਾਨੀ ਨਾਲ ਪੁੱਛਿਆ ਨਹੀਂ ਅਸਾਂ ਪੂਰੀ ਪ੍ਰੇਡ ਵੇਖੀਏ ਇੱਕ ਇੱਕ ਆਈਟਮ ਨੂੰ ਵੇਖਿਆ ਬੜੇ ਆਰਾਮ ਨਾਲ ਘਰ ਬੈ ਕੇ ਵੇਖਿਆ ਇਹ ਸਾਡੀ ਘਰ ਵਾਲੀ ਨਹੀਂ ਸੀ ਮੰਦੀ ਇਹ ਆਖਦੀ ਸੀ ਜ਼ਰੂਰ ਇੰਡੀਆ ਗੇਟ ਜਾਵਾਂਗੇ ਪਰ ਹੁਣ ਤੁਹਾਡੀਆਂ ਗੱਲਾਂ ਸੁਣ ਕੇ ਇਹ ਵੀ ਆਖਦੀ ਏ ਚੰਗੇ ਰਹੇ ਅਸੀਂ ਬਾਬੂ ਦੀ ਗੱਲ ਸੁਣ ਕੇ ਇੱਕ ਨੇ ਪੁੱਛਿਆ ਫਰ ਤੁਸੀਂ ਘਰ ਬੈਠ ਕੇ ਸਭ ਕੁਝ ਕਿਸ ਤਰ੍ਹਾਂ ਵੇਖ ਲਿਆ ਇਸ ਤੋਂ ਪਹਿਲਾਂ ਕਿ ਬੀਬੀ ਜਾਂ ਬਾਬੂ ਵਿੱਚੋਂ ਕੋਈ ਉੱਤਰ ਦਿੰਦਾ ਨਾਨੂ ਵਿੱਚੋਂ ਹੀ ਬੋਲ ਪਿਆ ਇਹਨਾਂ ਨੇ ਘਰ ਵਿੱਚ ਬੈਠਿਆ ਮੂਰਤਾਂ ਹੀ ਵੇਖ ਲਈਆਂ ਹੋਣਗੀਆਂ ਬਾਬੂ ਨੇ ਕਿਹਾ ਨਹੀਂ ਅਸਾਂ ਟੈਲੀਵਿਜ਼ਨ ਤੇ ਸਭ ਕੁਝ ਵੇਖਿਆ ਹੈ ਲੈ ਤੇ ਫਿਰ ਟੈਲੀਵਿਜ਼ਨ ਹੋਰ ਕੀ ਹੈ ਮੂਰਤਾਂ ਹੀ ਤੇ ਹਨ ਇੱਥੇ ਆ ਕੇ ਵੇਖਣ ਤੇ ਟੈਲੀਵਿਜ਼ਨ ਵੇਖਣ ਵਿੱਚ ਇੰਨਾ ਹੀ ਫਰਕ ਹੈ ਜਿੰਨਾ ਅਸਲੀ ਆਦਮੀ ਤੇ ਉਸ ਦੀ ਮੂਰਤ ਵੇਖਣ ਵਿੱਚ ਹੈ ਇਗਲ ਸੁਣ ਕੇ ਸਾਰੇ ਨਾਨੂ ਵਾਲ ਵੇਖਣ ਲੱਗ ਪਏ ਇਹ ਸਾਰੀਆਂ ਗੱਲਾਂ ਜਾਣਦਾ ਜੇ ਫਰਕ ਕੀ ਪਿਆ ਸਾਹਮਣੇ ਤੇ ਟੈਲੀਵਿਜ਼ਨ ਵਿੱਚ ਸਭ ਕੁਝ ਦਿਸਦਾ ਸੀ ਬਾਬੂ ਦੀ ਗੱਲ ਸੁਣ ਕੇ ਨਾਨੂ ਨੇ ਬੀਬੀ ਨੂੰ ਸੰਬੋਧਨ ਕਰਦਿਆਂ ਕਿਹਾ ਬਾਬੂ ਜੀ ਗਏ ਹੁਣ ਪਰਦੇਸ ਤੁਸੀਂ ਘਰ ਉਹਨਾਂ ਨੂੰ ਉਡੀਕ ਰਹੇ ਹੋ ਹੋ ਇਹ ਆਪ ਆਉਣ ਦੀ ਬਜਾਏ ਆਪਣੀ ਮੂਰਤ ਭੇਜ ਦੇਣ ਇਸ ਵਿੱਚ ਕੋਈ ਫਰਕ ਨਹੀਂ ਹਾਸਾ ਮਚ ਗਿਆ ਬਾਬੂ ਦੀ ਬੋਟੀ ਸੇਵਿਤ ਸ਼ਾਮਲ ਹੋਈ ਪਰ ਬਾਬੂ ਨੂੰ ਕੁਝ ਫਿਕਰ ਜਿਹਾ ਲੱਗਿਆ ਚੰਡੂ ਨੇ ਕਿਹਾ ਚਲੋ ਸਾਡੇ ਨਾਲੋਂ ਤੇ ਇਹ ਵੀ ਚੰਗੇ ਰਹੇ ਅਸੀਂ ਤੇ ਮੂਰਤਾਂ ਵੀ ਨਹੀਂ ਵੇਖੀਆਂ ਲੈ ਇਹ ਵੀ ਆਪਣਾ ਮੁਕਾਬਲਾ ਬਾਬੂਆਂ ਨਾਲ ਕਰਨ ਲੱਗ ਪਏ ਜਾਤ ਦੀ ਕੋੜ ਕਰ ਲਈ ਤੇ ਸ਼ਤੀਰਾ ਨੂੰ ਜੱਫੇ ਚਲੋ ਕਿਸੇ ਵੇਖ ਲਿਆ ਕਿਸੇ ਸੁਣ ਲਿਆ ਵੱਡੀ ਗੱਲ ਤਾਂ ਇਹ ਆ ਕਿ ਮਲਕਾ ਰਾਣੀ ਦਾ ਸਵਾਗਤ ਇੱਥੇ ਬੜਾ ਵਧੀਆ ਹੋਇਆ ਹਾਂ ਹਾਂ ਰੋਸ ਤੇ ਮੁੱਖ ਮੰਤਰੀ ਨਾਲੋਂ ਅਮਰੀਕਾ ਦੇ ਪ੍ਰਧਾਨ ਨਾਲੋਂ ਵੱਧ ਇਉਂ ਚਾਪਦਾ ਸੀ ਜਿਵੇਂ ਅੰਗਰੇਜ਼ਾਂ ਨੂੰ ਇੱਥੋਂ ਤੋੜ ਕੇ ਹਿੰਦੂਸਤਾਨੀ ਪਛਤਾ ਰਹੇ ਹਨ ਇਹ ਨਾਨੂ ਬੜਾ ਬੋਲੀਬਾਜ ਹੈ ਨਹੀਂ ਉਹ ਨਹੀਂ ਮਹਾਰਾਣੀ ਕਰਕੇ ਸਵਾਗਤ ਹੋਇਆ ਕੋਈ ਮਹਾਰਾਜਾ ਹੁੰਦਾ ਤਾਂ ਇਹਨਾਂ ਨਹੀਂ ਸੀ ਹੋਣਾ ਵੇਖੋ ਇਹ ਕਿਹੜਾ ਨਾਨੂ ਨਾਲੋਂ ਘਟ ਜੇ ਪ੍ਰਧਾਨ ਮੰਤਰੀ ਪ੍ਰਧਾਨਾਂ ਅਤੇ ਬਾਦਸ਼ਾਹਾਂ ਦੇ ਸਵਾਗਤ ਵਿੱਚ ਮੁਕਾਬਲਾ ਨਹੀਂ ਕਰੀਦਾ ਬਾਦਸ਼ਾਹ ਦੀ ਨਮਾਇਸ਼ ਵੱਧ ਤੇ ਅਖਤਿਆਰ ਘਟ ਹੁੰਦੇ ਨੇ ਇੱਥੇ ਇੱਕ ਤੋਂ ਇੱਕ ਟਿੱਪਣੀ ਆਵਾਜ਼ ਹੈ ਇਥੋਂ ਦੇ ਰਾਜਿਆਂ ਮਹਾਰਾਜਿਆਂ ਵੱਲੋਂ ਤਾਂ ਮਰਕਾ ਦਾ ਸਵਾਗਤ ਇਸ ਵਾਸਤੇ ਵਧੀਕ ਹੋਇਆ ਕਿ ਇੱਕੋ ਬਰਾਦਰੀ ਜੋ ਹੋਈ ਨਹੀਂ ਇਹ ਬੜਾ ਚਿਰ ਸਾਡੇ ਹਾਕਮ ਰਹੇ ਨੇ ਉਹ ਪੁਰਾਣਾ ਗੁਲਾਮੀ ਬਾਰਾ ਪਰਵਾਦ ਵੀ ਅਜੇ ਸਾਡੇ ਵਿੱਚ ਮੌਜੂਦ ਹੈ ਮੇਰਾ ਤਾਂ ਖਿਆਲ ਹੈ ਅੰਗਰੇਜ਼ ਅਖੀਰ ਪਲੇਮਾਨਸੀ ਨਾਲ ਇਥੋਂ ਚਲੇ ਗਏ ਸਨ ਇਹ ਆਸਾਨ ਵੀ ਸਾਡੇ ਲੀਡਰਾਂ ਨੂੰ ਯਾਦ ਹੈ ਇਹ ਕਿਹੜੀ ਗੱਲ ਹੈ ਪ੍ਰਾਣਾਚਾਰੀ ਲਈ ਤਾਂ ਸਾਡਾ ਦੇਸ਼ ਮਸ਼ਹੂਰ ਹੀ ਹੈ ਅਜਿਹੇ ਮੌਕਿਆਂ ਤੇ ਖਰਚ ਵਰਸ਼ ਦੀ ਪ੍ਰਵਾਹ ਅਸੀਂ ਨਹੀਂ ਕਰਦੇ ਹੁੰਦੇ ਸਾਡੇ ਲਈ ਪ੍ਰਾਣਾ ਆ ਜਾਏ ਤਾਂ ਆਪ ਨੂੰ ਭਾਵੇਂ ਪਿੱਛੋਂ 4 ਦਿਨ ਭੁੱਖਿਆਂ ਵੀ ਕੱਟਣੇ ਪੈ ਜਾਣ ਪ੍ਰਾਣੇ ਦੀ ਖਾਤਰ ਅਸੀਂ ਬਿੱਤੋਂ ਵੱਧ ਕੇ ਕਰਦੇ ਆ ਆਪਣੀਆਂ ਰਵਾਇਤਾਂ ਕੋਈ ਛੱਡਦਾ ਹੈ ਅਸਲੀ ਗੱਲ ਕਿਸੇ ਦੱਸੀ ਨਹੀਂ ਇਹ ਮਹਾਰਾਜਾ ਐਲਿਜ਼ਬੈਥ ਇੰਗਲੈਂਡ ਦੀ ਬਾਦਸ਼ਾਹ ਜੋ ਹੋਈ ਅਸੀਂ ਇਸ ਦਾ ਆਦਰ ਮਾਨ ਸਵਾਗਤ ਕਰਾਂਗੇ ਤਾਂ ਸਮਝੋ ਕਰੋੜਾਂ ਬੰਦਿਆਂ ਦਾ ਆਦਰ ਕਰਾਂਗੇ। ਉਹਨਾਂ ਨਾਲ ਸਾਡੇ ਸਬੰਧ ਵਧੇਖ ਚੰਗੇ ਹੋਣਗੇ। ਅਖੀਰ ਇਸ ਦਾ ਫਾਇਦਾ ਸਾਡੇ ਮੁਰਕ ਨੂੰ ਵੀ ਪੁੱਜੇਗਾ। ਹਾਂ ਠੀਕ ਬਾਈ ਠੀਕ ਆਦਰ ਵਾਲੇ ਨੂੰ ਆਦਰ ਮਿਲਣਾ ਹੀ ਚਾਹੀਦਾ ਹੈ। ਇਹ ਗੱਲ ਸਹੀ ਹੈ। ਇਹ ਸਿਆਣੀ ਗੱਲ ਹੈ। ਵੱਡਿਆਂ ਦਾ ਆਦਰ ਕਰਨ ਵਾਲਾ ਵੀ ਵੱਡਾ ਹੀ ਸਮਝਿਆ ਜਾਂਦਾ ਹੈ। ਹੈ ਵੀ ਇਹ ਗੱਲ ਠੀਕ ਕਿ ਵੱਡਿਆਂ ਦਾ ਆਦਰ ਕਰਕੇ ਹੀ ਵੱਡੇ ਹੋ ਸਕਦੇ ਨੇ। ਚੰਡੂ ਪਹਿਲਾਂ ਤੇ ਸਭ ਕੁਝ ਸੁਣਦਾ ਰਿਹਾ ਹੁਣ ਉਸਨੇ ਜ਼ੋਰ ਨਾਲ ਤਾੜੀ ਮਾਰੀ ਫਿਰ ਤੇ ਹਮਾਤੜ ਵੀ ਵੱਡਿਆਂ ਵਿੱਚ ਹੋ ਗਿਆ ਮਲਕਾ ਦੇ ਆਦਰ ਲਈ ਕੁਝ ਨਾ ਕੁਝ ਤੇ ਅਸੀਂ ਵੀ ਕੀਤਾ ਹੀ ਹੈ ਨਾ ਹੁਣ ਚਾਚੇ ਚੰਡੂ ਨੂੰ ਸਮਝ ਆਈ ਜੇ ਨਾਨੂ ਤੂੰ ਇਹ ਸੁਣ ਕੇ ਚੰਡੂ ਆਖਣ ਲੱਗਾ ਵਈ ਨਾਨੂ ਤੈਨੂੰ ਤੇ ਬੜੀ ਵਾਕ ਵੀ ਯਾਪਦੀ ਏ ਇੱਕ ਗੱਲ ਮੈਨੂੰ ਹੋਰ ਸਮਝਾ ਹਾਂ ਪੁੱਛ ਜਾ ਚਾਚਾ ਚੰਡੂ ਪੈਰ ਵਿੱਚ ਪਾਈ ਹੋਈ ਟੁੱਟੀ ਫੁੱਟੀ ਜੁੱਤੀ ਨੂੰ ਹੱਥਾਂ ਨਾਲ ਪੂੰਝ ਰਿਹਾ ਸੀ ਫਿਰ ਪਾਟੇ ਹੋਏ ਪਜਾਮੇ ਦੇ ਲੰਗਾਰਾਂ ਨੂੰ ਗੰਡਾ ਮਾਰਨ ਲੱਗਾ ਅਖੀਰ ਉਸਨੇ ਆਪਣੀ ਮੈੜੀ ਖੱਲ ਦੀ ਟੋਪੀ ਨੂੰ ਉਲਟਿਆਂ ਕਰਕੇ ਸਿਰ ਤੇ ਰੱਖਦਿਆਂ ਪੁੱਛਿਆ ਨਾਨੂ ਸੁਣਿਆ ਮਲਕਾ ਦਿਲ ਵਿੱਚ ਪੰਜ ਛੇ ਵਾਰੀ ਪੁਸ਼ਾਕਾਂ ਬਦਲਦੀ ਹੈ ਚਾਚਾ ਬਲੈਤ ਵਿੱਚ ਸਾਰੇ ਇਸੇ ਤਰ੍ਹਾਂ ਛੰਡੇ ਫੂਕੇ ਰਹਿੰਦੇ ਨੇ ਸ਼ੁਕਰੀਆ ਦੋਸਤੋ